ਜਿਵੇਂ ਦਿੱਲੀ ਦੀ ਗੱਲ ਆ ਕਿ ਦਿੱਲੀ 'ਚ ਤਾਂ ਉਸ ਵਕਤ ਇਹ ਹਾਲਾਤ ਸੀ ਕਿ ਸਿੱਖਾਂ ਦਾ ਸਿਰ ਉੱਚਾ ਚੁੱਕ ਕੇ ਤੁਰਨਾ ਵੀ ਔਖਾ ਸੀ ਸਿੱਖਾਂ ਲਈ, ਜੋ ਹੋਇਆ ਸੀ ਸਾਰੇ ਇੰਡੀਆ ਵਿੱਚ। ਅਤੇ ਅਸੀਂ ਉਸ ਸਮੇਂ ਜ਼ਿਆਦਾ ਹਥਿਆਰ ਨਹੀਂ ਸੀ ਹੁੰਦੇ, ਜਿੰਨੇ ਹੋ ਸਕੇ ਇਕੱਠੇ ਕੀਤੇ, ਅਤੇ ਸਾਡੇ ਜਥੇ ਨੇ ਉਸ ਵਕਤ ਕੁਛ ਐਕਸ਼ਨ ਕੀਤੇ। ਕੁਛ ਜਿਹੜੇ ਸਭ ਤੋਂ ਵੱਡੇ ਦੋਸ਼ ਸੀ ਉਹਨਾਂ ਨੂੰ ਹੱਥ ਪਾਇਆ, ਜਿਵੇਂ ਮਾਕਨ ਸੀਗਾ, ਅਤੇ ਦਿੱਲੀ 'ਚ ਜਿੰਨਾ ਕਤਲੇਆਮ ਹੋਵੇ ਇਹਦਾ ਬਹੁਤ ਵੱਡਾ ਹੱਥ ਸੀ, ਕਿਉਂਕਿ ਇਹਦੀ ਔਰਗਨਾਈਜੇਸ਼ਨ ਬਹੁਤ ਵੱਡੀ ਸੀ ਦਿੱਲੀ 'ਚ। ਉਸ ਤੋਂ ਬਾਅਦ ਅਰਜਨ ਦਾਸ ਸੀ ਉੱਥੇ ਦਾ, ਸ਼ਾਇਦ MLA ਸੀ ਜਾਂ ਕੌਂਸਲਰ, ਕੁਛ ਲੀਡਰ ਸੀ ਕਾਂਗਰਸੀ ਵੱਡਾ, ਅਤੇ ਉਹ ਗੈਂਗਸਟਰਾਂ ਦਾ ਵੀ ਲੀਡਰ ਸੀ ਇੱਕ ਵੱਡਾ, ਮਾਫੀਆ ਡੌਨ ਵੀ ਸੀਗਾ, ਸਾਰੇ ਕ੍ਰਾਈਮ ਵਾਲੇ ਬੰਦੇ ਉਹਦੇ ਥੱਲੇ ਸੀ। ਅਤੇ ਜਦੋਂ ਉਹਨੂੰ ਮਿਲੇ ਸਿੰਘ ਅਤੇ ਉਹ ਸਾਹਮਣੇ ਆਇਆ, ਉਹਦੇ ਕੋਲ ਰਿਵੋਲਵਰ ਸੀਗਾ, ਉਹ ਤੋਂ ਰਿਵੋਲਵਰ ਨਹੀਂ ਨਿਕਲਿਆ। ਇੱਕ ਮੈਂ ਹੋਰ ਗੱਲ ਦੱਸਾਂ ਕਿ ਜਿਹੜਾ ਕੰਮ ਹੋ ਜਾਂਦਾ ਉਹਦੇ ਬਾਰੇ ਤਾਂ ਬਹੁਤ ਗੱਲ ਹੋ ਜਾਂਦੀ ਹੈ, ਜਿਹੜੇ ਨਹੀਂ ਹੁੰਦੇ ਆਪਾਂ ਨੂੰ ਪਤਾ ਨਹੀਂ ਹੁੰਦਾ। ਕਈ ਵਾਰ ਉੱਥੇ ਉਸ ਤੋਂ ਵੀ ਜ਼ਿਆਦਾ ਊਰਜਾ ਅਤੇ ਮਿਹਨਤ ਕੀਤੀ ਹੁੰਦੀ, ਅਤੇ ਅਸੀਂ ਹਰ ਉਸ ਸ਼ਖਸ ਦੇ ਘਰ ਤੱਕ ਗਏ ਹਾਂ ਜਿਹਨੇ ਸਾਨੂੰ ਵੰਗਾਰਿਆ ਸੀ। ਕੁਛ ਤੋਂ ਹਿਸਾਬ ਦਿੱਤਾ ਗਿਆ, ਕੁਛ ਨਹੀਂ ਹੋਏ, ਪਰ ਕੋਸ਼ਿਸ਼ ਸਾਰਿਆਂ 'ਤੇ ਕੀਤੀ ਗਈ। ਇਹ ਗੱਲ ਬਹੁਤ ਘੱਟ ਆਉਂਦੀ ਹੈ ਕਿ ਜਿਹੜੀਆਂ ਇਹ ਕੋਸ਼ਿਸ਼ਾਂ ਆ ਇਹਨਾਂ ਕਰਕੇ ਬਹੁਤ ਕੁਛ ਅੱਗੇ ਜੋ ਕਰਨਾ ਸੀ ਸਟੇਟ ਨੇ ਨਹੀਂ ਹੋਇਆ। ਇਹ ਆਪਾਂ ਉਦਾਂ ਹੀ ਗੱਲ ਲਗਾ ਦਿੰਦੇ ਹਾਂ ਅਤੇ ਹੋਰ ਗੱਲਾਂ ਕਰਨ ਲੱਗ ਪੈਂਦੇ ਹਾਂ। ਇਹ ਬਹੁਤ ਇੰਪੋਰਟੈਂਟ ਸੀ ਉਸ ਵਕਤ 84 ਤੋਂ ਬਾਅਦ ਆਪਣੀ ਰਵਾਇਤ ਅਨੁਸਾਰ ਉਹਨਾਂ ਨੂੰ ਸਜ਼ਾ ਦੇਣੀ ਅਤੇ ਉਹਨਾਂ 'ਚ ਦਹਿਸ਼ਤ ਪਾਉਣੀ, ਅਤੇ ਉਹਨਾਂ 'ਚ ਇਹੋ ਜਿਹੀ ਦਹਿਸ਼ਤ ਪੈ ਗਈ ਸੀ। ਜੇ ਉਹ ਨਾ ਹੁੰਦੀ ਤਾਂ ਇਸ ਤੋਂ ਬਹੁਤ ਜ਼ਿਆਦਾ ਕੁਛ ਹੋਣਾ ਸੀ। ਜਿਸ ਮਨਸੂਬੇ ਨਾਲ ਦਿੱਲੀ ਦੇ ਬੇਪਰ ਤਖ਼ਤ ਨੇ ਹਮਲੇ ਕੀਤੇ ਸੀ ਉਹ ਮਨਸੂਬੇ ਹੁਣ ਵੀ ਉਹੀ ਆ, ਹਾਲਾਤ ਕੋਈ ਬਦਲੇ ਨਹੀਂ ਗਏ। ਕਈ ਤਰੀਕੇ ਨਾਲ ਬਹੁਤ ਕੁਛ ਉਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਅਤੇ ਅਸੀਂ ਉਦੋਂ ਵੀ ਉਹਦਾ ਮੁਕਾਬਲਾ ਕੀਤਾ ਅਤੇ ਜੰਗ ਹੁਣ ਵੀ ਜਾਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਅਤੇ ਨਵੰਬਰ 84 ਦਾ ਜੋ ਹਮਲਾ ਸਾਡੇ 'ਤੇ ਹੋਇਆ, ਸਰਕਾਰ ਨੇ ਕੀਤਾ, ਉਹ ਉਹਨਾਂ ਨੇ ਬਿਲਕੁਲ ਯੋਜਨਾਬੰਦ ਅਤੇ ਸੋਚ ਸਮਝ ਕੇ ਕੀਤਾ ਸੀ, ਤਾਂ ਕਿ ਸਾਨੂੰ ਬਿਲਕੁਲ ਹੀ ਦਹਿਸ਼ਤ ਜ਼ਿਆਦਾ ਕਰਕੇ ਕੁੱਟ ਮਾਰ ਕੇ ਆਪਣੇ ਵਿੱਚ ਮਿਲਾ ਲਿਆ ਜਾਵੇ, ਅਸਿਮੀਲੇਟ ਕਰ ਲਿੱਤਾ ਜਾਵੇ, ਕਿ ਅਸੀਂ ਬਿਲਕੁਲ ਹੀ ਵਿਕਟਮ ਵਾਲੀ ਪੋਜੀਸ਼ਨ 'ਚ ਆ ਜਾਈਏ ਅਤੇ ਸਭ ਕੁਛ ਭੁੱਲ ਭੁਲਾ ਜਾਈਏ। ਪਰ ਹੁਣ ਇੰਨੇ ਸਾਲਾਂ ਬਾਅਦ ਦੇਖਿਆ ਜਾਵੇ ਤਾਂ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਏ। ਅਸੀਂ ਸਾਡੇ 'ਤੇ ਹਮਲਾ ਹੋਇਆ, ਵੱਡਾ ਹਮਲਾ ਹੋਇਆ, ਬਹੁਤ ਸੀਰੀਅਸ ਹਮਲਾ ਸੀ। ਅਸੀਂ ਆਪਣੀ ਰਵਾਇਤ ਅਨੁਸਾਰ, ਗੁਰੂ ਦੇ ਅਨੁਸਾਰ ਆਸਰੇ ਨਾਲ ਲੜੇ, ਇਕੱਠੇ ਹੋਏ, ਸੰਘਰਸ਼ ਕੀਤਾ, ਅਤੇ ਹੁਣ ਵੀ ਉਹ ਸੰਘਰਸ਼ ਜਾਰੀ ਆ। ਅਤੇ ਦੁਸ਼ਮਣ ਦਾ ਜੋ ਮਨਸੂਬੇ ਸੀ, ਇਰਾਦੇ ਸੀ, ਉਹ ਕਾਮਯਾਬ ਨਹੀਂ ਹੋਏ ਹੋ ਸਕੇ। ਅਸੀਂ ਅੱਜ ਵੀ ਉਸੇ ਤਰ੍ਹਾਂ ਹਾਂ ਅਤੇ ਆਪਣੀ ਮੰਜ਼ਿਲ ਵੱਲ ਨੂੰ ਵੱਧ ਰਹੇ ਹਾਂ। ਇੱਥੇ ਪਰਮਜੀਤ ਸਿੰਘ ਹੋਣਾ ਨੇ ਗੱਲ ਕੀਤੀ ਕਿ ਉਸ ਸਮੇਂ ਨਵੰਬਰ 84 ਵਿੱਚ ਦਿੱਲੀ ਅਤੇ ਹੋਰ ਸਾਰੇ ਥਾਈਂ ਜੋ ਹਮਲੇ ਸਿੱਖਾਂ 'ਤੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ, ਸਾਡੀ ਇੱਜ਼ਤਾਂ ਨੂੰ ਹੱਥ ਪਾਇਆ ਗਿਆ, ਸਾਡਾ ਕਤਲੇਆਮ ਕੀਤਾ ਗਿਆ, ਸਾਨੂੰ ਅੱਗਾਂ ਲਾਈਆਂ ਗਿਆ, ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਾਈਆਂ ਗਈਆਂ, ਹਰ ਤਰੀਕੇ ਨਾਲ ਸਾਨੂੰ ਜ਼ਲੀਲ ਅਤੇ ਬੇਇੱਜ਼ਤ ਕੀਤਾ ਗਿਆ।
ਉਹਦੇ ਸੰਬੰਧ ਵਿੱਚ ਜੋ ਸਾਡੀ ਰਵਾਇਤ ਹੈ ਪੰਥਿਕ ਰਵਾਇਤ ਉਹਦੇ ਅਨੁਸਾਰ ਅਸੀਂ ਉਦੋਂ ਵੀ ਕਦਮ ਚੁੱਕੇ ਸੀ। ਮੈਂ ਉਹਨਾਂ ਬਾਰੇ ਹੀ ਕੁਛ ਦੱਸਣਾ ਚਾਹਾਂਗਾ। ਕਈ ਗੱਲਾਂ ਹੋ ਸਕਦਾ ਪਹਿਲਾਂ ਨਾ ਵੀ ਆਈਆਂ ਹੋਣ, ਜਿਵੇਂ ਦਿੱਲੀ ਦੀ ਗੱਲ ਆ ਕਿ ਦਿੱਲੀ 'ਚ ਤਾਂ ਉਸ ਵਕਤ ਇਹ ਹਾਲਾਤ ਸੀ ਕਿ ਸਿੱਖਾਂ ਦਾ ਸਿਰ ਉੱਚਾ ਚੁੱਕ ਕੇ ਤੁਰਨਾ ਵੀ ਔਖਾ ਸੀ ਸਿੱਖਾਂ ਦੇ, ਜੋ ਹੋਇਆ ਸੀ ਸਾਰੇ ਇੰਡੀਆ ਵਿੱਚ। ਉਦੋਂ ਜਦੋਂ ਅਸੀਂ 84 'ਚ ਘਰੋਂ ਤੁਰੇ, ਘਰ ਤਿਆਗੇ, ਫਿਰ ਅਸੀਂ ਦੋਸਤਾਂ ਨੇ ਹੋਰ ਸਿੰਘਾਂ ਨੇ ਬੈਠਕ ਕੀਤੀ ਅਤੇ ਉੱਥੇ ਫੈਸਲਾ ਹੋਇਆ ਕਿ ਸਭ ਤੋਂ ਪਹਿਲਾਂ ਇਹ ਜਿਹੜੇ ਬਾਹਰ ਦੁਸ਼ਟ ਆ ਵੱਡੇ, ਜਿਨ੍ਹਾਂ ਨੇ ਸਾਰੀਆਂ ਸਾਜ਼ਿਸ਼ਾਂ ਰਚੀਆਂ ਅਤੇ ਜਿਨ੍ਹਾਂ ਨੇ ਐਡਾ ਵੱਡਾ ਸਾਨੂੰ ਚੈਲੇਂਜ ਕੀਤਾ ਆ, ਸਾਡੀ ਪੱਗ ਨੂੰ ਹੱਥ ਲਾਇਆ, ਸਾਡੀਆਂ ਮਾਵਾਂ ਧੀਵਾਂ ਦੀ ਇੱਜ਼ਤ ਰੋਲੀ, ਉਹਨਾਂ ਨਾਲ ਹੀ ਨਜਿੱਠਿਆ ਜਾਵੇ। ਉਸ ਨਿਸ਼ਾਨੇ ਨੂੰ ਲੈ ਕੇ ਅਸੀਂ ਕੁਛ ਦੋਸਤ ਅਤੇ ਸਾਡੇ ਸਾਥੀ ਜੋ ਉਸ ਵਕਤ ਅਸੀਂ ਇਕੱਤਰ ਹੋਏ, ਅਸੀਂ ਉਸ ਲਈ ਸਾਨੂੰ ਆਪਣੇ ਕੇਸ ਵੀ ਤਿਆਗਣੇ ਪਏ, ਜੋ ਇੱਕ ਬਹੁਤ ਦੁੱਖਦਾਇਕ ਫੈਸਲਾ ਸੀ। ਅਸੀਂ ਦਿੱਲੀ ਨੂੰ ਸਭ ਤੋਂ ਪਹਿਲਾਂ ਸ਼ਹੀਦ ਹੋਏ। ਉਸ ਜਥੇ ਵਿੱਚ ਪ੍ਰਮੁੱਖ ਰੂਪ 'ਚ ਮਥੁਰਾ ਸਿੰਘ, ਸੁਖਵਿੰਦਰ ਸਿੰਘ ਉਰਫ ਉਹਨੂੰ ਕੇ ਸੀ ਸ਼ਰਮਾ ਕਿਹਾ ਜਾਂਦਾ ਸੀ, ਬਲਜਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਮੈਂ ਸੀ, ਹੋਰ ਸਾਡੇ ਬੜੇ ਸਾਥੀ ਸਨ। ਦਿੱਲੀ ਵਿੱਚ ਅਸੀਂ ਬਹੁਤ ਲੋਕਾਂ ਨੂੰ ਮਿਲੇ। ਉਸ ਵਕਤ ਹਾਲਾਤ ਇਹ ਸੀ ਕਿ ਹਰ ਸਿੱਖ ਹੀ ਸਾਨੂੰ ਹੱਥਾਂ 'ਤੇ ਚੱਕਦਾ ਸੀ ਜਦੋਂ ਪਤਾ ਸੀ ਕਿ ਇਹ ਬੰਦੇ ਕੌਣ, ਜਿਹੜੇ ਅੱਜ ਬਹੁਤ ਵੱਡੇ ਵੱਡੇ ਨਾਮ ਆ ਹੋਰ ਪਾਰਟੀਆਂ 'ਚ, ਕਾਂਗਰਸ 'ਚ ਆ, BJP 'ਚ ਆ, ਕਿਸੇ 'ਚ ਵੀ ਆ, ਵੱਡੇ ਧਨਾੜ ਆ, ਉਹਨਾਂ ਨੇ ਵੀ ਸਾਡੇ ਨਾਲ ਕੰਟੈਕਟ ਕੀਤਾ, ਬਹੁਤ ਜਾਣਕਾਰੀ ਦਿੱਤੀ, ਇਨਫੋਰਮੇਸ਼ਨ ਦਿੱਤੀ। ਉੱਥੋਂ ਹੀ ਸਾਨੂੰ ਇਹ ਜਿਹੜੀ ਹੂ ਆਰ ਦਾ ਗਿਲਟੀ ਜਿਹੜੀ ਕਿਤਾਬ ਆ, ਉਹਨਾਂ 'ਚੋਂ ਕਿਸੇ ਪਤਵੰਤ ਸੱਜਣ ਨੇ ਦਿੱਤੀ ਸੀ। ਅਤੇ ਅਸੀਂ ਉਸ ਸਮੇਂ ਜ਼ਿਆਦਾ ਹਥਿਆਰ ਨਹੀਂ ਸੀ ਹੁੰਦੇ, ਜਿੰਨੇ ਹੋ ਸਕੇ ਇਕੱਠੇ ਕੀਤੇ ਅਤੇ ਸਾਡੇ ਜਥੇ ਨੇ ਉਸ ਵਕਤ ਕੁਛ ਐਕਸ਼ਨ ਕੀਤੇ। ਕੁਛ ਜਿਹੜੇ ਸਭ ਤੋਂ ਵੱਡੇ ਦੋਸ਼ ਸੀ ਉਹਨਾਂ ਨੂੰ ਹੱਥ ਪਾਇਆ, ਜਿਵੇਂ ਮਾਕਨ ਸੀਗਾ ਉਸ ਵਕਤ, ਇਹ ਰਾਜੀਵ ਗਾਂਧੀ ਦੇ ਜਿਹੜਾ ਕੈਬਨਿਟ ਸੀ ਉਹਦਾ ਅਸਲ ਇਨਰ ਕੈਬਨਿਟ ਸੀ, ਉਹਦੇ ਵਿੱਚ ਉੱਪਰਲੇ 5-7 ਬੰਦਿਆਂ ਵਿੱਚ ਸੀਗਾ। ਅਤੇ ਦਿੱਲੀ 'ਚ ਜਿੰਨਾ ਕਤਲੇਆਮ ਹੋਵੇ ਇਹਦਾ ਬਹੁਤ ਵੱਡਾ ਹੱਥ ਸੀ, ਕਿਉਂਕਿ ਇਹਦੀ ਔਰਗਨਾਈਜੇਸ਼ਨ ਬਹੁਤ ਵੱਡੀ ਸੀ ਦਿੱਲੀ 'ਚ। ਉਸ ਤੋਂ ਬਾਅਦ ਅਰਜਨ ਦਾਸ ਸੀ, ਉੱਥੇ ਦਾ ਸ਼ਾਇਦ MLA ਸੀ ਜਾਂ ਕੀ ਕੌਂਸਲਰ, ਕੁਛ ਲੀਡਰ ਸੀ ਕਾਂਗਰਸੀ ਵੱਡਾ, ਅਤੇ ਉਹ ਗੈਂਗਸਟਰਾਂ ਦਾ ਵੀ ਲੀਡਰ ਸੀ, ਇੱਕ ਵੱਡਾ ਮਾਫੀਆ ਡੌਨ ਵੀ ਸੀਗਾ, ਅਤੇ ਸਾਰੇ ਕ੍ਰਾਈਮ ਵਾਲੇ ਬੰਦੇ ਉਹਦੇ ਥੱਲੇ ਸੀ। ਅਤੇ ਉਹਨੂੰ ਵੀ ਮਿਲੇ। ਅਤੇ ਜਦੋਂ ਉਹਨੂੰ ਮਿਲੇ ਸਿੰਘ, ਅਤੇ ਉਹ ਸਾਹਮਣੇ ਆਇਆ, ਉਹ ਉਹਦੇ ਕੋਲ ਰਿਵੋਲਵਰ ਸੀਗਾ, ਉਹ ਤੋਂ ਰਿਵੋਲਵਰ ਨਹੀਂ ਨਿਕਲਿਆ, ਜਿਹੜਾ ਐਡਾ ਵੱਡਾ, ਜਿਹਦੀ ਸਾਰੀ ਦਿੱਲੀ 'ਚ ਧਾਂਕ ਸੀ, ਅਤੇ ਜਿਹਨੇ ਹਜ਼ਾਰਾਂ ਦੀ ਗਿਣਤੀ ਸਿੱਖ ਸਾੜੇ ਅਤੇ ਧੀਆਂ ਭੈਣਾਂ ਨੂੰ ਬੇਇੱਜ਼ਤ ਕੀਤਾ। ਜਦੋਂ ਉਹਦੇ ਸਾਹਮਣੇ ਸਿੰਘ ਗਏ ਅਤੇ ਉਹਦੇ ਆਪਣੇ ਜਿੱਥੇ ਉਹਦਾ ਗੜ੍ਹ ਸੀ ਅਤੇ ਆਲੇ ਦੁਆਲੇ ਸਾਰੇ VIP ਸੀ, ਸਿਕਿਉਰਿਟੀ ਸੀ, ਤਾਂ ਰਿਵੋਲਵਰ ਨਹੀਂ ਸੀ ਕੱਢਿਆ ਗਿਆ। ਇਹੋ ਜਿਹੇ ਹਾਲਾਤ ਹੁੰਦੇ, ਇਹੋ ਜਿਹੇ ਬੰਦਿਆਂ ਦੇ ਜਿਹੜੇ ਜ਼ਾਲਮ ਹੁੰਦੇ ਆ। ਉਸ ਤੋਂ ਬਿਨਾਂ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ, ਹੋਰ ਵੀ ਬਹੁਤ ਸਿੰਘਾਂ ਨੇ ਕੋਸ਼ਿਸ਼ ਕੀਤੀ। ਅਸੀਂ ਜੋ ਕੋਸ਼ਿਸ਼ ਕੀਤੀ ਇਹ ਨਹੀਂ ਕਿ ਉਹ ਅਸੀਂ ਕੀਤਾ, ਉਹ ਗੁਰੂ ਨੇ ਹੀ ਕਰਵਾਇਆ, ਅਤੇ ਸੰਗਤ ਦੀ ਅਰਦਾਸ ਸੀ ਉਸ ਵਕਤ ਸਾਡੇ ਪਿੱਛੇ ਖੜ੍ਹੀ, ਕੋਈ ਅਸੀਂ ਕਰਨ ਵਾਲੇ ਨਹੀਂ ਸੀ, ਰਾਹ ਸੰਗਤ ਦੀ ਅਰਦਾਸ ਖੋਲ੍ਹਦੀ ਸੀ ਸਾਰੇ। ਅਤੇ ਹੁਣ ਮੈਨੂੰ ਯਾਦ ਆ ਉਸ ਵਕਤ HKL ਭਗਤ ਹੁੰਦਾ ਸੀ ਬਹੁਤ ਵੱਡਾ ਇੱਕ, ਅਸੀਂ ਇਹ 'ਤੇ ਕਾਫੀ ਟਾਈਮ ਲਾਇਆ,
ਕਈ ਚਿਰ ਬੈਠੇ ਵੀ ਰਹੇ। ਕਨੌਟ ਪੈਲੇਸ ਇੱਕ ਹੋਟਲ 'ਚ ਆਉਂਦਾ ਹੁੰਦਾ ਸੀ ਸੀਕਰਟਲੀ, ਉੱਥੇ ਅਸੀਂ ਕਾਫੀ ਚਿਰ ਬੈਠੇ ਰਹੇ ਪਰ ਉਹ ਨਹੀਂ ਹੋਇਆ। ਇੱਕ ਮੈਂ ਹੋਰ ਗੱਲ ਦੱਸਾਂ ਕਿ ਜਿਹੜਾ ਕੰਮ ਹੋ ਜਾਂਦਾ ਉਹਦੇ ਬਾਰੇ ਤਾਂ ਬਹੁਤ ਗੱਲ ਹੋ ਜਾਂਦੀ ਹੈ, ਜਿਹੜੇ ਨਹੀਂ ਹੁੰਦੇ ਆਪਾਂ ਨੂੰ ਪਤਾ ਨਹੀਂ ਹੁੰਦਾ, ਕਈ ਵਾਰ ਉੱਤੇ ਉਹ ਤੋਂ ਵੀ ਜ਼ਿਆਦਾ ਊਰਜਾ ਅਤੇ ਮਿਹਨਤ ਕੀਤੀ ਹੁੰਦੀ। ਇਸੇ ਤਰ੍ਹਾਂ ਉਹ ਜਿਹੜਾ ਇੱਕ ਸਭ ਤੋਂ ਜਿਹੜਾ ਮੇਨ ਬੰਦਾ ਸੀ ਜਿਹਨੇ ਸਾਰਾ ਜ਼ਿਆਦਾ ਕੁਛ ਕਰਾਇਆ, ਉਹ ਅਰੁਣ ਨਹਿਰੂ ਸੀਗਾ। ਰਾਜੀਵ ਗਾਂਧੀ ਦਾ ਇਹਨਾਂ ਦੀ ਫੈਮਿਲੀ 'ਚ ਸੀਗਾ। ਬਹੁਤ ਘੱਟ ਬੰਦਿਆਂ ਨੂੰ ਪਤਾ ਕਿ ਸਭ ਤੋਂ ਜ਼ਿਆਦਾ ਹੱਥ ਉਹਦਾ ਸੀ, ਉਹਨੇ ਧੱਕੇ ਨਹੀਂ ਕਰਾਇਆ ਰਾਜੀਵ ਗਾਂਧੀ ਤੋਂ। ਉਹਦਾ ਸਾਡੇ ਜਦੋਂ ਪਹਿਲੀ ਵਾਰ ਅਸੀਂ ਦਿੱਲੀ ਉਦੋਂ ਤਾਂ ਨਹੀਂ ਕੁਛ ਆ, ਜਦੋਂ ਦੂਸਰੀ ਵਾਰ ਅਸੀਂ ਦਿੱਲੀ ਗਏ ਅਤੇ ਉੱਥੇ ਜਿੰਦਾ ਫੜਿਆ ਜਾਂਦਾ, ਉਹ ਤਕਰੀਬਨ ਹਰਜਿੰਦਰ ਸਿੰਘ ਜਿੰਦਾ ਅਤੇ ਸਤਨਾਮ ਸਿੰਘ ਬਾਵਾ ਜਦੋਂ ਦੂਸਰੀ ਵਾਰ ਉੱਥੇ ਸੈਟਲ ਹੋਏ ਇਸ ਕੰਮ ਨੂੰ ਹੀ ਗਏ ਸੀ। ਸਾਨੂੰ ਕਿਸੇ ਨੇ ਦੱਸਿਆ ਸੀ ਇਹਦੇ ਬਾਰੇ ਅਤੇ ਤਕਰੀਬਨ ਬਹੁਤ ਕੁਛ ਉਹਦਾ ਪਤਾ ਲੱਗ ਗਿਆ ਸੀ। ਉਹ ਕਿਸੇ ਆਪਣੇ ਜਾਣਕਾਰ ਔਰਤ ਕੋਲ ਆਉਂਦਾ ਸੀ ਇਕੱਲਾ, ਦੋ ਕੁ ਬੰਦੇ ਲੈ ਕੇ, ਉਹਦਾ ਸਾਨੂੰ ਸਭ ਕੁਛ ਹੀ ਪਤਾ ਲੱਗ ਗਿਆ ਸੀ। ਅਤੇ ਕੁਦਰਤੀ ਉਸ ਵਕਤ ਹਰਜਿੰਦਰ ਸਿੰਘ ਹੁਣੀ ਫੜੇ ਗਏ ਅਤੇ ਉਹ ਕੰਮ ਰਹਿ ਗਿਆ। ਇਸੇ ਤਰ੍ਹਾਂ ਇੱਕ ਹੋਰ ਯੂਥ ਕਾਂਗਰਸ ਦਾ ਲੀਡਰ ਹੁੰਦਾ ਸੀ ਜਿਹਨੇ ਇੱਧਰ ਬਾਹਰਲੀ ਦਿੱਲੀ 'ਚ ਬਹੁਤ ਜ਼ਿਆਦਾ ਕਤਲੇਆਮ ਕੀਤਾ ਸੀ, ਉਹਦਾ ਨਾਂ ਸੀ ਸਤਵੀਰ ਸਿੰਘ। ਉਹਦਾ ਅਸੀਂ ਕਾਫੀ ਪਿੱਛਾ ਕੀਤਾ ਅਤੇ ਉਹ ਤਾਂ ਤਕਰੀਬਨ ਕੰਮ ਹੋ ਹੀ ਗਿਆ ਸੀ। ਖਾਲਸਾ ਕਾਲਜ ਉਹ ਵੀ ਆ ਗਿਆ ਇੱਕ ਗਨਮੈਨ ਨਾਲ, ਤਾਂ ਅਸੀਂ ਵੀ ਬੈਠੇ ਸੀ ਉਹਦੇ। ਅਤੇ ਅਸੀਂ ਜਦੋਂ ਜਾ ਕੇ ਸੁਖਦੇਵ ਉੱਠਿਆ ਕਿ ਹੁਣ ਸ਼ੁਰੂ ਕੀਤਾ ਜਾਵੇ ਕੰਮ, ਅਤੇ ਉਦੋਂ ਕੁਦਰਤੀ ਦੋ CRPF ਦੀਆਂ ਗੱਡੀਆਂ ਆ ਕੇ ਖੜ੍ਹ ਗਈਆਂ ਅਤੇ ਉਹ ਬਚ ਗਿਆ। ਸ਼ਾਇਦ ਉਹਨੂੰ ਵੀ ਨਹੀਂ ਪਤਾ ਹੋਣਾ ਕਿ ਮੈਂ ਬਚ ਗਿਆ। ਇਸੇ ਤਰ੍ਹਾਂ ਹੋਰ ਵੀ ਬਹੁਤ ਸਿੰਘਾਂ ਨੇ ਕੋਸ਼ਿਸ਼ਾਂ ਕੀਤੀਆਂ, ਕੁਛ ਕੰਮ ਹੋ ਗਏ, ਬਹੁਤ ਨਹੀਂ ਹੋਏ। ਉਹਨਾਂ ਨੇ ਬਹੁਤ ਮਿਹਨਤਾਂ ਅਤੇ ਬਹੁਤ ਸਖਤ ਰਿਸਕ ਲਏ ਗਏ, ਪਰ ਇਹ ਨਹੀਂ ਕਿ ਐਫਰਟ ਨਹੀਂ ਕੀਤਾ, ਸਾਰਿਆਂ ਦੀ ਕੋਸ਼ਿਸ਼ ਕੀਤੀ ਗਈ। ਕਾਨਪੁਰ ਦੀ ਗੱਲ ਕਰਦੇ ਸੀ, ਕਾਨਪੁਰ ਵੀ ਜਿਹਨੇ ਸਾਰਾ ਕੁਛ ਕਰਾਇਆ ਸੀ ਇੱਕ MLA ਸੀ, ਮੈਨੂੰ ਨਾਮ ਉਹਦਾ ਭੁੱਲ ਗਿਆ, ਉਹ ਵੀ ਬਾਅਦ 'ਚ ਆ ਕੇ ਅਰਾਊਂਡ 87 ਆਪਣੇ ਸਿੰਘਾਂ ਨੇ ਉਹਨੂੰ ਸੋਧਿਆ ਸੀ। ਮੈਨੂੰ ਹੁਣ ਨਾਂ ਭੁੱਲ ਗਿਆ, ਉਹਦੇ ਵਿੱਚ ਆਪਣੇ ਸਿੰਘ ਜਿਉਂਦੇ ਜਾਗਦੇ ਨਹੀਂ, ਰਾਜਵਿੰਦਰ ਸਿੰਘ, ਸਤਿੰਦਰ ਸਿੰਘ, ਉਹਨਾਂ 'ਤੇ ਕੇਸ ਵੀ ਚੱਲਿਆ, ਅਤੇ ਨਾਲ ਕੰਵਰਜੀਤ ਸਿੰਘ ਸੁਲਤਾਨਵਿੰਡ ਅਤੇ KC ਸ਼ਰਮਾ, ਇਹਨਾਂ ਨੇ ਸਾਰਿਆਂ ਨੇ ਉੱਥੇ ਜਾ ਕੇ ਅਤੇ ਉਹਨਾਂ ਦੋ ਸਿੰਘਾਂ ਨੇ ਉੱਥੋਂ ਸਾਖਤਾ ਲਿਆ ਸੀ। ਇਸੇ ਤਰ੍ਹਾਂ ਮੈਨੂੰ ਯਾਦ ਆਉਂਦਾ ਕਿ ਬਿਦਰ 'ਚ ਆਪਣੇ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟਸ 16-17 ਸਟੂਡੈਂਟਸ ਉੱਥੇ ਭੀੜ ਨੇ ਕਤਲ ਕਰ ਦਿੱਤੇ ਸੀ ਜਦੋਂ ਬਾਜ਼ਾਰ 'ਚ ਗਏ ਸੀ। ਤਾਂ ਉਹਦੇ ਵਿੱਚ ਜਿਹੜਾ ਜ਼ਿਆਦਾ ਸਾਜਿਸ਼ ਕਰਤਾ ਸੀ ਉਹ ਸਿੱਖ ਹੀ ਸੀਗਾ ਇੱਕ, ਉਹਦਾ ਨਾਂ ਹੁਣ ਮੈਨੂੰ ਯਾਦ ਨਹੀਂ। ਉਹਨੂੰ ਵੀ ਸਿੰਘਾਂ ਨੇ ਜਾ ਕੇ ਸੋਧਿਆ ਸੀ, ਉਹ ਆਪਣੇ ਸੰਗਰੂਰ ਦਾ ਹੀ ਸੀ ਸਿੰਘ, ਅਹਿਮਦਗੜ੍ਹ ਮੰਡੀ ਦੇ, ਉਹਨਾਂ ਤੋਂ ਵੀ ਹਿਸਾਬ ਲਿਆ ਸੀ। ਜਾਣੀ ਕਿ ਹਿਸਾਬ ਸਾਰਿਆਂ ਤੋਂ ਲਿਆ ਗਿਆ ਜਿਹੜੇ ਜਿਨ੍ਹਾਂ ਨੇ ਕੀਤਾ, ਕਈਆਂ ਦਾ ਨਹੀਂ। ਗੁਰੂ ਜਿਹੜਾ ਕੋਈ ਕੰਮ ਹੋਣਾ ਹੁੰਦਾ ਉਹ ਗੁਰੂ ਦੀ ਆਗਿਆ ਅਨੁਸਾਰ ਹੀ ਹੁੰਦਾ, ਉੱਦਾਂ ਨਹੀਂ ਹੁੰਦਾ। ਪਰ ਇਹ ਨਹੀਂ ਕਿ ਕਿਸੇ 'ਤੇ ਕੋਸ਼ਿਸ਼ ਨਹੀਂ ਕੀਤੀ ਗਈ, ਸਾਰਿਆਂ ਨੂੰ ਜਾ ਕੇ ਉਹਨਾਂ ਦੀਆਂ ਥਾਵਾਂ 'ਤੇ ਕੋਸ਼ਿਸ਼ ਕੀਤੀ ਗਈ ਉਹਨਾਂ ਤੋਂ ਹਿਸਾਬ ਕਿਤਾਬ ਲੈਣ ਲਈ। ਇੱਥੋਂ ਤੱਕ ਕਿ ਜਿਹੜੇ ਪੰਜਾਬ, ਹਰਿਆਣਾ ਅਤੇ ਆਲੇ ਦੁਆਲੇ ਦੇ ਸੂਬਿਆਂ ਵਿੱਚ ਵੀ ਜਿਹੜੇ ਸਿੱਖਾਂ 'ਤੇ 83, 84 ਜਾਂ 85 'ਚ ਅਟੈਕ ਹੋਏ ਸੀ, ਕਈ ਥਾਂ 'ਤੇ ਹੋਏ ਸੀ, ਹਿੰਦੂ ਫਾਸ਼ੀ ਜਥੇਬੰਦੀਆਂ ਨੇ ਕੀਤਾ, ਜਿੱਦਾਂ ਉਸ ਵਕਤ ਕਈ ਹੁੰਦੀਆਂ ਸੀਗੀਆਂ, ਸਟੇਟ ਹੀ ਉਹਨਾਂ ਦੇ ਪਿੱਛੇ ਹੁੰਦਾ ਸੀ। ਉਹਨਾਂ ਨੇ ਜਿੱਦਾਂ ਲੁਧਿਆਣੇ 'ਚ ਆਪਣੇ ਗੁੜ ਮੰਡੀ ਹੁੰਦੀ ਸੀ, ਉੱਥੇ ਤਾਂਗੜੀ ਹੁੰਦਾ ਸੀ, ਪਟਿਆਲੇ 'ਚ ਇੱਕ ਪਵਨ ਕੁਮਾਰ ਸੀ, ਅੰਮ੍ਰਿਤਸਰ ਸੀਗੇ, ਫਗਵਾੜੇ ਸੀ, ਇੱਦਾਂ ਹਰਿਆਣੇ ਸੀ, ਪਾਣੀਪਤ ਸੀ, ਕੈਥਲ, ਕੁਰੂਕਸ਼ੇਤਰਾ ਸੀ ਅਤੇ ਹਰਿਦੁਆਰ ਸੀ। ਸਾਰੇ ਥਾਂ ਸਿੱਖਾਂ 'ਤੇ ਯੋਜਨਾਬੰਦ ਤਰੀਕੇ ਨਾਲ ਉਹਨਾਂ ਨੇ ਹਮਲੇ ਕੀਤੇ ਸੀ, ਕਈ ਸਿੰਘ ਕਤਲ ਵੀ ਕੀਤੇ ਸੀ, ਬਾਲਿਆਂ ਨੂੰ ਜਲੀਲ ਕੀਤਾ ਸੀ।
ਉਹਨਾਂ ਸਾਰੀਆਂ ਥਾਵਾਂ 'ਤੇ ਉਸ ਵਕਤ ਖਾੜਕੂ ਜਥੇਬੰਦੀਆਂ ਨੇ ਐਕਸ਼ਨ ਲਏ ਸੀ ਕਿਸੇ ਨਾ ਕਿਸੇ ਰੂਪ 'ਚ, ਜਿਹਨਾਂ ਨੇ ਕਰਨ ਵਾਲੇ ਜਾਂ ਜਿਹੜੇ ਥਾਂ 'ਤੇ ਕੀਤੇ ਉੱਥੇ ਇਹ ਸਾਰੇ ਜਿਹੜੇ ਕਾਰਵਾਈਆਂ ਸਟੇਟ ਵੱਲੋਂ ਸਟੇਟ ਦੀ ਸ਼ਹਿ ਨਾ ਹੋਈਆਂ ਸੀ, ਇਹ ਇਸ ਕਰਕੇ ਸੀ ਕਿ ਇੱਕ ਲੜੀ ਤੋਰੀ ਜਾਵੇ ਕਿ ਜਿੱਥੇ ਜਿੱਥੇ ਸਿੱਖ ਘੱਟ ਗਿਣਤੀ 'ਚ ਆ ਜਾਂ ਸਿੱਖਾਂ 'ਤੇ ਪਾਇਆ ਜਾਵੇ ਕਿ ਤੁਹਾਡੇ 'ਤੇ ਅਟੈਕ ਹੋ ਸਕਦੇ ਆ ਤੁਹਾਡੀ ਪਛਾਣ 'ਤੇ ਤੁਹਾਡੀ ਹੋਂਦ 'ਤੇ। ਅਤੇ ਉਸ ਵਕਤ ਦੀ ਸਿੱਖ ਲੀਡਰਸ਼ਿਪ ਨੇ, ਮੈਨੂੰ ਯਾਦ ਹੈ, ਇਕੱਠੇ ਹੋ ਕੇ ਮੀਟਿੰਗ ਹੋਈ ਸੀ ਅਤੇ ਉੱਥੇ ਪੰਥੀ ਕਮੇਟੀ 'ਚ ਇਹ ਹੋਇਆ ਸੀ ਫੈਸਲਾ ਕਿ ਜਿੱਥੇ ਜਿੱਥੇ ਇਹ ਹੁੰਦਾ ਅਤੇ ਉਹਨਾਂ ਨੂੰ ਉੱਥੇ ਉੱਥੇ ਜਵਾਬ ਦਿੱਤਾ ਜਾਵੇ। ਤਕਰੀਬਨ ਉਹ ਸਾਰੇ ਥਾਂ 'ਤੇ ਜਵਾਬ ਦਿੱਤੇ ਗਏ ਅਤੇ ਤਾਂ ਹੀ ਇਸ ਤੋਂ ਬਾਅਦ ਰੁਕ ਗਏ ਸੀ। ਜਿਹੜੀ ਪਲੈਨ ਸੀ ਬਹੁਤ ਵੱਡੀ ਕਿ ਇਸ ਤਰ੍ਹਾਂ ਹੀ ਕਰਾਇਆ ਜਾਵੇ, ਇਹਨਾਂ ਦੇ ਨਾਲ ਸਟੇਟ ਦੀ ਤਾਂ ਮਦਦ ਸੀਗੀ। ਇਸ ਕਰਕੇ ਜਿਹੜਾ ਸਟੇਟ ਨੇ ਸਾਡੇ 'ਤੇ ਹਮਲਾ ਕੀਤਾ, ਵੇਪਰ ਦੇ ਤਖ਼ਤ ਨੇ, ਉਹਦਾ ਉਸ ਵਕਤ ਜੁਝਾਰੂ ਸਿੰਘਾਂ ਨੇ, ਉਹਨਾਂ ਦੀ ਲੀਡਰਸ਼ਿਪ ਨੇ ਬਣਦਾ ਜਵਾਬ ਦਿੱਤਾ। ਸਾਡੀ ਰਵਾਇਤ ਅਨੁਸਾਰ ਗੁਰੂ ਦੀ ਮਿਹਰ ਨਾਲ, ਅਤੇ ਅਸੀਂ ਹਰ ਉਸ ਸ਼ਖਸ ਦੇ ਘਰ ਤੱਕ ਗਏ ਹਾਂ ਜਿਹਨੇ ਸਾਨੂੰ ਵੰਗਾਰਿਆ ਸੀ। ਕੁਛ ਤੋਂ ਹਿਸਾਬ ਦਿੱਤਾ ਗਿਆ, ਕੁਛ ਨਹੀਂ ਹੋਏ, ਪਰ ਕੋਸ਼ਿਸ਼ ਸਾਰਿਆਂ 'ਤੇ ਕੀਤੀ ਗਈ। ਇਹ ਗੱਲ ਬਹੁਤ ਘੱਟ ਆਉਂਦੀ ਹੈ ਕਿ ਜਿਹੜੀਆਂ ਇਹ ਕੋਸ਼ਿਸ਼ਾਂ ਆ, ਇਹਨਾਂ ਕਰਕੇ ਬਹੁਤ ਕੁਛ ਅੱਗੇ ਜੋ ਕਰਨਾ ਸੀ ਸਟੇਟ ਨੇ ਨਹੀਂ ਹੋਇਆ। ਇਹ ਆਪਾਂ ਉਦਾਂ ਹੀ ਗੱਲ ਲੰਘਾ ਦਿੰਦੇ ਹਾਂ ਅਤੇ ਹੋਰ ਗੱਲਾਂ ਕਰਨ ਲੱਗ ਪੈਂਦੇ ਹਾਂ। ਇਹ ਬਹੁਤ ਇੰਪੋਰਟੈਂਟ ਸੀ ਉਸ ਵਕਤ 84 ਤੋਂ ਬਾਅਦ ਆਪਣੀ ਰਵਾਇਤ ਅਨੁਸਾਰ ਉਹਨਾਂ ਨੂੰ ਸਜ਼ਾ ਦੇਣੀ ਅਤੇ ਉਹਨਾਂ 'ਚ ਦਹਿਸ਼ਤ ਪਾਉਣੀ, ਅਤੇ ਉਹਨਾਂ 'ਚ ਇਹੋ ਜਿਹੀ ਦਹਿਸ਼ਤ ਪੈ ਗਈ ਸੀ। ਜੇ ਉਹ ਨਾ ਹੁੰਦੀ ਤਾਂ ਇਸ ਤੋਂ ਬਹੁਤ ਜ਼ਿਆਦਾ ਕੁਛ ਹੋਣਾ ਸੀ। ਅਤੇ ਆਖਰ 'ਚ ਮੈਂ ਇਹੀ ਕਹਾਂਗਾ ਕਿ ਜਿਸ ਮਨਸੂਬੇ ਨਾਲ ਦਿੱਲੀ ਦੇ ਵਿਪਰ ਤਖ਼ਤ ਨੇ ਹਮਲੇ ਕੀਤੇ ਸੀ, ਉਹ ਮਨਸੂਬੇ ਹੁਣ ਵੀ ਉਹੀ ਆ, ਹਾਲਾਤ ਕੋਈ ਬਦਲੇ ਨਹੀਂ ਗਏ। ਅਤੇ ਕਈ ਤਰੀਕੇ ਨਾਲ ਬਹੁਤ ਕੁਛ ਉਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਅਤੇ ਅਸੀਂ ਉਦੋਂ ਵੀ ਉਹਦਾ ਮੁਕਾਬਲਾ ਕੀਤਾ ਅਤੇ ਜੰਗ ਹੁਣ ਵੀ ਜਾਰੀ ਆ। ਅਤੇ ਸਾਨੂੰ ਆਪਣੀ ਰਵਾਇਤ ਅਨੁਸਾਰ ਗੁਰੂ ਤੋਂ ਸੇਧ ਲੈ ਕੇ ਅੱਜ ਦੇ ਸਮੇਂ ਸਾਨੂੰ ਬਹੁਤ ਹੀ ਜ਼ਰੂਰਤ ਹੈ ਕਿ ਅਸੀਂ ਪੰਥ ਨੂੰ ਸੂਤਰਬੱਧ ਕਰੀਏ। ਅਕਾਲ ਤਖ਼ਤ ਜਿੱਥੇ ਅਸੀਂ ਗੁਰਮਤੇ ਕਰਨੇ ਹੁੰਦੇ ਸੀ, ਜਿੱਥੇ ਗੁਰਮਤੇ ਦੀ ਥਾਂ ਹੈ, ਸਾਡੇ ਇਕੱਠੇ ਹੋਣ ਦੀ ਸਲਾਹ ਮਸ਼ਵਰੇ ਦੀ ਥਾਂ ਆ, ਉਹਨੂੰ ਆਜ਼ਾਦ ਕਰਵਾਈਏ, ਗੁਰਦੁਆਰਿਆਂ ਦਾ ਸਹੀ ਪ੍ਰਬੰਧ ਕਰੀਏ, ਗੁਰਮਤੇ ਅਤੇ ਪੰਚ ਪ੍ਰਣਾਲੀ ਪ੍ਰਧਾਨੀ ਅਨੁਸਾਰ ਉੱਥੇ ਸਹੀ ਚੋਣ ਕਰੀਏ, ਕਿਉਂਕਿ ਸਾਡਾ ਤਰੀਕਾ ਸਿਲੈਕਸ਼ਨ ਹੈ, ਇਲੈਕਸ਼ਨ ਨਹੀਂ। ਅਤੇ ਸੰਗਤੀ ਰੂਪ 'ਚ ਜਿੱਥੇ ਜਿੱਥੇ ਵੀ ਅਸੀਂ ਹਾਂ, ਮੁਹੱਲਿਆਂ ਪਿੰਡਾਂ 'ਚ ਅਸੀਂ ਆਪਣੇ ਆਪ ਨੂੰ ਸੰਗਤ ਵਿੱਚ, ਜਥਿਆਂ ਵਿੱਚ ਜਥੇਬੰਦ ਕਰੀਏ, ਗੁਰੂ ਵਾਲੇ ਬਣੀਏ ਅਤੇ ਗੁਰੂ ਅਨੁਸਾਰ ਫੈਸਲੇ ਲਈਏ, ਜਥੇਬੰਦ ਹੋਈਏ, ਉਸੇ ਅਨੁਸਾਰ ਆਪਣੀ ਲੀਡਰਸ਼ਿਪ ਚੁਣੀਏ, ਅਤੇ ਜੋ ਖਾਲਸਾ ਪੰਥ ਕੰਮ ਕਰਦਾ ਉਹ ਸਮਾਜ 'ਚ ਕਰੀਏ। ਇਹ ਅੱਜ ਦੀ ਜ਼ਰੂਰਤ ਹੈ, ਇਹੀ ਤਰੀਕਾ ਆ ਜਿਹਦੇ ਨਾਲ ਤੁਸੀਂ ਹੁਣ ਦੇ ਹਾਲਾਤ ਦੁਸ਼ਮਣ ਦਾ ਸਾਹਮਣਾ ਕਰ ਸਕੋਗੇ ਅਤੇ ਆਪਣਾ ਰਾਹ ਅੱਗੇ ਨੂੰ ਵਧਾ ਸਕੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੈ।